ਕਿਆ ਹੁੰਦੀ ਏ ਮੌਜ ਬਰਾ ਦੀ ਵੀਰਾ ਹੱਥ ਛੇੜਨ ਕਿਆ ਹੁੰਦਾ ਕਿਆ ਹੁੰਦੀ ਏ ਮੌਜ ਬਰਾ ਦੀ ਚਾਚਾ ਨੇ ਭੈਣ ਅਕਬਰ ਦੀ ਚਾਚਾ ਨੇ ਭੈਣ ਹੁਸੈਨ ਦੀ ਵੀਰਾ ਤੋਂ ਵਿਛੜਨ ਕਿਆ ਹੁੰਦਾ ਜਿਨ੍ਹਾਂ ਦੇ ਵਿਛੜ ਜਾਂਦੇ ਨੀ ਵੇਖ ਰੋਂਦੇ ਚੱਲੇ ਨੀ ਜਾਂਦੇ ਲੋਕਾਂ ਇਹ ਦਰਦ ਦਾ ਰੋਣਾ ਨਹੀਂ ਇਹਦੇ ਮੁਹੱਬਤਾਂ ਦਾ ਰੋਣਾ ਏ ਇਹਦੇ ਸੁੱਖਾਂ ਦਾ ਰੋਣਾ ਏ ਇਹਦੇ ਪਿਆਰ ਦਾ ਰੋਣਾ ਵੇ ਆਪਣਿਆਂ ਦੇ ਦਰਦ ਬੜੇ ਹੁੰਦੇ ਨੇ ਮੈਂ ਜੁਮਲਾ ਕਵਾਂਗਾ ਦਰਦ ਵਾਲਾ ਏ ਇਮਾਮ ਜ਼ੈਨੁਲਾਬ ਦੀਨ ਦੀ ਮਾਂ ਬੜੀ ਸ਼ਾਨ ਵਾਲੀ ਔਰਤ ਹੁਸੈਨ ਦੀ ਬੀਵੀ ਸਿਗਦਾ ਸ਼ਹਿਰ ਬਾਨੂੰ ਸ਼ਾਨ ਵਾਲੀ ਮੇਰੇ ਨਬੀ ਦੀ ਧੀ ਸਿਗਦਾ ਫਾਤਮਾ ਸ਼ਾਨ ਵਾਲੀ ਇੱਥੇ ਜੁਮਲਾ ਕਵਾਂਗਾ ਬੜਾ ਦਰਦ ਵਾਲਾ ਇਮਾਨ ਤਾਜ਼ਾ ਲੈਲਾ ਰਾਜ਼ੀ ਆਵੇ ਅਹਿਮਦ ਮੁਜਤਬਾ ਮੁਹੰਮਦ ਮੁਸਤਫਾ ਨੂੰ ਮਾਨਣ ਵਾਲੋ ਜਿਹੜੇ ਵੇਲੇ ਕਮਰੀ ਵਾਲੇ ਮਹਬੂਬ ਨੂੰ ਮਾਨਣ ਵਾਲੋ ਮੈਂ ਬੜਾ ਦਰਦ ਵਾਲਾ ਵਾਸ ਕਰ ਰਿਹਾ ਤਾਂ ਕਿ ਤੁਹਾਡੇ ਦਿਲਾਂ ਚ ਪਿਆਰ ਭਰਾਵਾਂ ਦਾ ਪੈ ਜਾਏ ਆਪਣਿਆਂ ਦੀ ਮੁਹੱਬਤ ਅੱਜ ਕਿੰਨੇ ਭਰਾ ਨੇ ਜਿਹੜੇ ਭੈਣਾਂ ਛੱਡੀ ਬੈਠੇ ਨੇ ਕਿੰਨੇ ਭਰਾ ਜਿਹੜੇ ਭਰਾ ਛੱਡੀ ਬੈਠੇ ਨੇ ਉਹਨਾਂ ਨੂੰ ਪੁੱਛ ਜਿਨ੍ਹਾਂ ਦੇ ਜੁਦਾ ਹੋ ਜਾਂਦੇ ਨੇ ਪਰ ਮੈਂ ਜੁਮਲਾ ਹੱਥ ਜੋੜ ਕੇ ਅਪੀਲ ਕਰ ਦਿੰਦਾ ਵੀ ਕਦਰ ਕਰ ਲਓ ਜ਼ਿੰਦਿਆਂ ਦੀ ਮਰਿਆਂ ਦੀ ਕਬਰ ਤੇ ਜਾਂਦੇ ਨੇ ਜ਼ਿੰਦਿਆਂ ਦੇ ਕੋਲ ਜਾਇਆ ਕਰ ਮਰਿਆਂ ਦੀ ਕਬਰ ਤੇ ਪੱਥਰ ਲਾਣਾ ਵੀ ਸਿੰਧਿਆਂ ਦਾ ਲਾਜ ਕਰਾਇਆ ਕਰ ਸਿੰਧਿਆਂ ਨੂੰ ਸੋਹਣੇ ਕੱਪੜੇ ਪਵਾਇਆ ਕਰ ਸਿੰਧਿਆਂ ਨੂੰ ਖਾਣਾ ਖਿਲਾਇਆ ਕਰ ਸਿੰਧਿਆਂ ਦਾ ਸੁੱਖ ਪੁੱਛਿਆ ਕਰ ਸਿੰਧਾ ਮਾਵਾਂ ਦਾ ਹਯਾ ਕਰਿਆ ਕਰ ਸਿੰਧਾ ਭੈਣਾਂ ਦਾ ਹਯਾ ਕਰਿਆ ਕਰ ਪਰ ਜਿਹੜੇ ਭਰਾ ਭੈਣਾਂ ਨੂੰ ਮਿਲਦੇ ਨੀ ਰੱਖਿਆ ਜੇ ਅੱਲਾ ਦੇ ਕਸਮੇ ਤੂੰ ਭੈਣਾਂ ਨੂੰ ਪੰਜ ਗੱਲ ਸੂਟਣਾ ਦੇਵੇ ਗੱਲ ਸੇਵੀਆਂ ਦੀ ਨਹੀਂ ਗੱਲ ਫਿਉਣੀਆਂ ਦੀ ਨਹੀਂ ਗੱਲ ਸ਼ੈਂਪੂ ਦੀ ਨਹੀਂ ਗੱਲ ਸਾਬਣ ਦੀ ਨਹੀਂ ਇੱਥੇ ਵੀ ਰਾਹ ਲਾਹੌਰ ਦੀ ਮੰਡੀ ਚੋਂ ਵੀ ਲੱਭ ਜਾਂਦੀਆਂ ਨੇ ਇਹ ਰਹੀਮ ਯਾਰ ਖਾਂ ਤੋਂ ਵੀ ਲੱਭ ਜਾਂਦੀਆਂ ਨੇ ਇਹ ਭੌਲਪੁਰ ਰਿਆਸਤ ਚੋਂ ਵੀ ਲੱਭ ਜਾਂਦੀਆਂ ਏ ਹਰ ਮੰਡੀ ਚੋਂ ਹਰ ਸ਼ੈ ਲੱਭਦੀ ਏ ਪਰ ਉਹਨਾਂ ਮੰਡੀਆਂ ਵਿੱਚ ਵੀਰਾ ਵੀਰ ਨੀ ਲੱਭਦਾ ਉਹਨਾਂ ਮੰਡੀਆਂ ਵਿੱਚ ਇਮਤਿਆਜ਼ ਨੀ ਲੱਭਣਾ ਉਹਨਾਂ ਮੰਡੀਆਂ ਵਿੱਚ ਬਾਪ ਨੀ ਲੱਭਦਾ ਉਹਨਾਂ ਮੰਡੀਆਂ ਵਿੱਚ ਭਰਾ ਨੀ ਲੱਭਦਾ ਉਹਨਾਂ ਮੰਡੀਆਂ ਵਿੱਚ ਆਪਣੇ ਵੀ ਲੱਭਦੇ ਮੰਡੀਆਂ ਚੋਂ ਹਰ ਸ਼ੈ ਲੱਭਦੀ ਏ ਇਸ ਲਈ ਤੇ ਮੈਂ ਕਹਿੰਦਾ ਇੱਥੋਂ ਟੈਲੀਫੋਨ ਕਰੀਏ ਵੀਰ ਖੈਰ ਪੈਰ ਮੈਂ ਭੌਲਪੁਰੋਂ ਬੋਲ ਰਿਹਾ ਈ ਮੈਂ ਖਾਣ ਪਹਿਲੇ ਤੋਂ ਬੋਲ ਰਿਹਾ ਈ ਵੇ ਵੀਰ ਇਸ ਵੇਲੇ ਫੋਨ ਆਇਆ ਏ ਭੈਣ ਜਿਹੜਾ ਭਰਾ ਤੇਰੇ ਨਾਲ ਬੋਲਦਾ ਨੀ ਅੱਜ ਅੱਲਾ ਨੂੰ ਪਿਆਰਾ ਆ ਗਿਆ ਏ ਪੈਦਾ ਕਰਨ ਵਾਲੇ ਦੀ ਕਸਮ ਉਠਾ ਨਹੀਂ ਟੈਲੀਫੋਨ ਬੰਦ ਹੋਣ ਤੋਂ ਪਹਿਲਾਂ ਨੀ ਆਈ ਵੀਰੋ ਮੈਨੂੰ ਮਾੜੀ ਨਾ ਸਮਝਿਆ ਜੇ ਵੀਰ ਦਾ ਕਫਨ ਮੈਂ ਲੈ ਕੇ ਆਉਣਾ ਏ ਆਖਰੀ ਜੋੜਾ ਮੈਂ ਲੈ ਕੇ ਆਉਣਾ ਏ ਵੀਰਾ ਤੂੰ ਪੰਜ ਗਜ਼ਲਾਂ ਦੇਵੇ ਭੈਣਾਂ 18 ਗਜ਼ ਲੈ ਕੇ ਆਉਂਦੀਆਂ ਨੇ ਜਿਵੇਂ ਹੁਸੈਨ ਦੀ ਭੈਣ ਲੈਣ ਕਰਬਲਾ ਚ ਪਿਆ ਵੀ ਸਰ ਮੇਰੇ ਕੋਈ ਦੋਸਤ ਨਾ ਦੇਵੀ ਵੀਰਾ ਮੈਂ ਮਜਬੂਰੇ ਕਿੱਥੋਂ ਲਿਆਵਾਂ ਅੱਜ ਦਫਨ ਮੈਂ ਤੇਰਾ ਸ਼ਹਿਰ ਮਦੀਨਾ ਦੂਰੀ ਲਾਜ ਮੈਂ ਲਹਿਰਾ ਦਿਉ ਅੱਜ ਕਿਤਨੇ ਦੋਸਤਾਂ ਪਾ ਕੇ ਜ
ਕੇ ਅਸੀਂ ਜ਼ਿੰਦਗੀ ਜਿੱਥੇ ਮਿਲਦੇ ਨਹੀਂ। ਸਹੀ ਹਦੀਸ ਮੁਸਲਮ ਸ਼ਰੀਫ ਚ ਹਜ਼ਰਤ ਹੁਜ਼ੈਫਾ ਬਿਨ ਯਮਾਨ ਹਦੀਸ ਦੇ ਰਾਵੀ ਲਾ ਯਦਖੁਲੁਲ ਜੰਨਤ ਤਾਤੀਉਂ ਕਤਾ ਕਲਾ ਕਰਨ ਵਾਲਾ ਜੰਨਤ ਚ ਦਾਖਲ ਨਹੀਂ ਹੋਣਾ। ਅਰਨਾਮਾ ਸਾਹਿਬ ਬੈਠੇ ਸੈਯਦਾਦੇ ਬੈਠੇ ਪੁੱਛਿਆ ਜੇ ਕਿ ਹੁਜ਼ੈਫਾ ਬਿਨ ਯਮਾਨ ਰਾਸਦਾਨੇ ਰਸੂਲ ਨਬੀ ਪਾਕ ਦੇ ਸਾਰੇ ਰਾਜ਼ ਹੋ ਤੋ ਜ਼ਹਿਫਾ ਕਰ ਸਕਦਾ ਆਪਣੇ ਮੁਨਾਫਕਾਂ ਦੇ ਨਾਮ ਦੱਸੇ ਹੋਏ ਸੀ ਹਜ਼ਰਤ ਜ਼ਹਿਫਾ ਉਹ ਹਦੀਸ ਕੇ ਰਾਵੀ ਹੈ ਔਰ ਲੋਕਾਂ ਦੀ ਦੋ ਗਵਾਹੀਆਂ ਇਹ ਪੁਲਿਸ ਗਵਾਹੀ ਲੈਤੀ ਦੋ ਮਰਦੋਂ ਕੀ ਮੇਰੇ ਨਬੀ ਨੇ ਫਰਮਾਇਆ ਹੁਜ਼ੈਫਾ ਯਹਾਂ ਹੋਗਾ ਉਸਕੀ ਗਵਾਹੀ ਦੋ ਮਰਦੋਂ ਕੇ ਬਰਾਬਰ ਹੋਗੀ। ਉਹ ਹੁਜ਼ੈਫਾ ਬਿਨ ਯਮਾਨ ਰਜ਼ੀ ਅੱਲਾਹ ਤਾਲਾ ਕਹਤੇ ਲਾ ਯਦਖੁਲੁਲ ਜੰਨਤ ਕਾਤਿਲ ਸਹੀ ਮੁਸਲਮ ਦੀ ਹਦੀਸ ਹੈ। ਫਰਮਾਇਆ ਅੱਲਾਹ ਕਹਿੰਦਾ ਮੈਂ ਉਹਦੀ ਜੰਨਤ ਖਤਮ ਕਰ ਦਿੰਦਾ ਹੈ ਜਿਹੜਾ ਕਤਲ ਤੱਲਕ ਕਰਦਾ। ਰਿਸ਼ਤੇਦਾਰੀਆਂ ਜੋੜਿਆ ਕਰੋ ਅੱਲਾ ਇਸਕੋ ਸਬਰ ਦੇ। ਰਿਸ਼ਤੇਦਾਰੀਆਂ ਜੋੜਿਆ ਕਰੋ ਰਿਸ਼ਤੇਦਾਰੀਆਂ ਤੋੜਿਆ ਨਾ ਕਰ। ਆਖਰੀ ਲਫ਼ਜ਼ਾਂ ਤੇ ਤਬਾ ਕਰਾ ਲਓ ਫਿਰ ਮੈਂ ਆਦਾ ਪੌਣਾ ਘੰਟਾ ਹੀ ਬਾਤ ਕਰਨਾ ਸੀ। ਗਰਮੀ ਸ਼ਿੱਦਤ ਦੀ ਹੈ ਜ਼ਰਾ ਸੁਣੀਏ ਧਿਆਨ ਸੇ ਇਹ ਬਾਤੇ ਆਖਰੀ ਹੈ ਇਹਨੂੰ ਪੱਲੇ ਬਣ ਕੇ ਲਿਜਾਣਾ ਹੀ। ਅਰਜ਼ ਕਰਦਾ ਪਿਆ ਵੀ ਹਜ਼ਰਤ ਯੂਸਫ ਨਬੀ ਦੇ ਭਰਾਵਾਂ ਨੇ ਭਰਾ ਵੇਚ ਦਿੱਤਾ ਖੋਟਿਆਂ ਸਿੱਕਿਆਂ ਵਿੱਚ ਤੇ ਜਨਾਬ ਯੂਸਫ ਅਲੈਹਿ ਸਲਾਮ ਮਿਸਰ ਦੇ ਵਿੱਚ ਪਹੁੰਚ ਗਏ ਨੇ ਤੇ ਭਰਾ ਦੀ ਕਦਰ ਦੱਸ ਕੇ ਬਾਤ ਖਤਮ ਕਰ ਦੇਣੀ ਹੈ। ਅੱਲਾਹੁ ਅਕਬਰ ਕੁਦਰਤ ਮਾਲਕ ਦੀ ਹੈ ਆਪਣੇ ਬਾਪ ਨਾਲ ਜਿਹੜੇ ਬੱਚੇ ਝੂਠ ਬੋਲਣ ਉੱਥੇ ਬਰਕਤ ਮੁੱਕ ਜਾਂਦੀ ਹੈ। ਰੱਬ ਰਹਿਮਤਾਂ ਬਰਕਤਾਂ ਠਾ ਲੈਂਦਾ ਜਿੱਥੇ ਨੀਅਤਾਂ ਦੇ ਵਿੱਚ ਖੋਟ ਹੋਵੇ ਉਹ ਚੁੱਕਾ। ਅੱਜ ਸਾਡੇ ਪਾਕਿਸਤਾਨ ਚ ਬਰਕਤ ਕੇ ਆਉਣੀ ਇੱਥੇ ਸਾਰਾ ਅਮਲਾ ਇੱਕ ਤੋਂ ਲੈ ਕੇ ਉੱਪਰ ਤੱਕ ਝੂਠਾਂ ਦੀ ਪੰਡ ਵੱਜੀ ਹੋਈ ਹੈ ਤੇ ਬਰਕਤ ਕਿੱਥੇ ਰਵੇ। ਰੱਬ ਰਹਿਮਤਾਂ ਬਰਕਤਾਂ ਠਾ ਲੈਂਦਾ ਜਿੱਥੇ ਨੀਅਤਾਂ ਦੇ ਵਿੱਚ ਖੋਟ ਹੋਵੇ ਉਹ ਚੁੱਗਾ ਖੈਰ ਨਾਲ ਨਹੀਂ ਵਸਦਾ ਜਿੱਥੇ ਵਿੱਚ ਭਰਾਵਾਂ ਦੇ ਖੋਟ ਹੋਵੇ। ਮੈਨੂੰ ਲੱਗਦਾ ਹੈ ਇਤਿਹਾਸ ਇਹਨਾਂ ਦਾ ਬੜਾ ਪਿਆਰਾ ਸੀ ਜਿਹਨੂੰ ਭਰਾ ਇੰਨਾ ਰੋ ਰਹੇ ਨੇ ਇੱਥੇ ਭਰਾਵਾਂ ਨੂੰ ਤਲੋਕੀ ਆਉਂਦੇ ਨੇ ਮੈਂ ਤੇਰਾ ਮੂੰਹ ਨਹੀਂ ਵੇਖਣਾ ਮੈਂ ਤੇਰੇ ਮਰੇ ਨੂੰ ਹੱਥ ਨਹੀਂ ਲਾਉਣਾ। ਆਖਰ ਉਹਦੇ 'ਚ ਕੋਈ ਕਰਾਮਾਤ ਸੀ ਕੋਈ ਕੱਟਿਆ ਪਾਇਆ ਸੀ ਕਿ ਭਰਾ ਇੰਨਾ ਰੋ ਰਹੇ ਨੇ ਤੇ ਇੱਡੇ ਦਰਦ ਨਾਲ ਰੋ ਰਹੇ ਨੇ ਤੇ ਮੈਂ ਵੀ ਦੁਆ ਕਰਨਾ ਹੈ ਤੈਨੂੰ ਅੱਲਾ ਵੀਰ ਦੀ ਖਾਬ 'ਚ ਜ਼ਿਆਰਤ ਕਰਾਵੇ। ਅੱਲਾਹੁ ਅਕਬਰ ਓਏ ਜਿੰਨੇ ਦੋਸਤ ਬਾਹਰ ਬੈਠੇ ਜੇ ਗੱਲ ਸੁਣਿਆ ਜੇ ਨਬੀਆਂ ਦੇ ਸਰਦਾਰ ਦਾ ਕਲਮਾ ਪੜਨ ਵਾਲੇ ਜੇ ਅਹਿਮਦ ਮੁਜਤਬਾ ਨੂੰ ਮੰਨਣ ਵਾਲੋ ਮੇਰੇ ਨਬੀ ਕਰੀਮ ਦਾ ਕਲਮਾ ਪੜਨ ਵਾਲਿਓ ਅੱਲਾਹੁ ਅਕਬਰ ਗੱਲ ਸੁਣਨ ਵਾਲੀਏ ਬੜੀ ਕੀਮਤੀ ਗੱਲ ਹੈ। ਹਜ਼ਰਤ ਯੂਸਫ ਨਬੀ ਤਖਤ ਤੇ ਬੈਠੇ ਹੋਏ ਨੇ ਤੇ ਮਿਸਰ ਦੇ ਵਿੱਚ ਕਨਾਨ 'ਚ ਕੈਦ ਪੈ ਗਿਆ ਨਾ ਤੇ ਜਨਾਬ ਯਕੂਬ ਦੇ ਪੁੱਤਰ ਆਉਂਦੇ ਨੇ ਅੱਬਾ ਜੀ ਕੈਦ ਪੈ ਗਿਆ ਹੈ ਕਹਿੰਦੇ ਨੇ ਜਾਓ ਪੁੱਤਰੋ ਜਲਦੀ ਜਾਓ ਸੁਣਿਆ ਹੈ ਮਿਸਰ ਦਾ ਬਾਦਸ਼ਾਹ ਬੜਾ ਰਹਿਮ ਦੇ ਲਈ ਤੇ ਬੜਾ ਸਖੀਏ ਉੱਥੋਂ ਕਣਕ ਲੱਭਦੀ ਪਈ ਹੈ ਮਿਸਰ ਦੇ ਬਾਦਸ਼ਾਹ ਨੂੰ ਨਾ ਬੇ ਲੱਭੋ। ਜਦੋਂ ਉੱਥੇ ਪਹੁੰਚੇ ਨੇ ਤੇ ਬਾਹਰ ਦਰਵਾਜ਼ੇ ਤੇ ਖੜੇ ਨੇ ਤੇ ਵੇਖਿਆ ਕੀਏ ਇਹਰਾਮੇ ਮਿਸਰ ਦੇ ਦਰਵਾਜ਼ਿਆਂ ਤੇ ਪਹੁੰਚਣ ਲਈ ਦਰਬਾਨ ਖੜੇ ਹੋਏ ਨੇ ਆਉਂਦੇ ਨੇ ਤੁਸੀਂ ਕਿੱਥੋਂ ਆਏ ਜੇ ਅਸੀਂ ਕਨਾਨ 'ਚੋਂ ਆਏ ਹਾਂ ਅਸੀਂ 10 ਭਰਾ ਆਏ ਹਾਂ। ਉਹਨਾਂ ਦੇ ਯੂਸਫ ਦੇ ਕੋਲ ਲਿਸਟ ਪਹੁੰਚੀ ਤੇ ਨਾਮ ਪੜ ਕੇ ਕਲੇਜੇ ਨੂੰ ਰੋਗ ਪੈ ਗਿਆ ਮਿਸਰ ਦਾ ਬਾਦਸ਼ਾਹ ਹੈ ਤੈਨੂੰ ਨਾਲ ਦੀ ਕੰਧ ਨਾਲ ਖਬਰ ਨਹੀਂ ਵੀਰਾਂ ਦੀ ਤੈਨੂੰ ਨਾਲ ਦੀ ਕੰਧ ਨਾਲ ਖਬਰ ਨਹੀਂ ਭਰਾਵਾਂ ਦੀ। ਅਰਜ਼ ਕਰਨਾ ਚਾਹ ਰਿਹਾ ਵੀ ਤੈਨੂੰ ਕਿਸੇ ਜਗ੍ਹਾ ਤੇ ਕਦਰ ਨਹੀਂ ਆਉਂਦੇ ਤੇ ਐ ਜਨਾਬ ਯੂਸਫ ਅਲੀ ਸਲਾਮ ਹੈ ਮੈਂ ਲਾਹੌਰ ਦਾ ਇਤਨਾ ਲੰਬਾ ਸਬਰ ਕੀਤਾ ਹੈ ਕਿਸੇ ਦੇ ਕਹਿਣ ਤੇ ਕੀਤਾ ਹੈ ਤੂੰ ਮੁਹੱਬਤ ਨਾਲ ਕੀਤਾ ਹੈ ਕਿ ਮੈਂ ਚਾਹੁੰਦਾ ਹੈ ਜਿੰਨੇ ਮੇਰੇ ਚਾਹੁੰਦਾ ਹੈ ਨੇ ਜ਼ਰੂਬੀ ਪੰਜਾਬ ਦੇ ਇਹਨਾਂ ਨੂੰ ਇੱਕ ਕਦਰ ਬਿਠਾ ਜਾਵਾਂ ਕਿ ਮਰਲੇ ਕੋਈ ਸ਼ੈ ਨਹੀਂ ਜ਼ਮੀਨ ਕੋਈ ਸ਼ੈ ਨਹੀਂ ਉਧਰ ਬਾਦਸ਼ਾਹ ਬੈਠਾ ਜੇ ਤਖਤ ਤੇ ਤੇ ਦਸਾਂਦੇ ਸਿਰਫ ਨਾ ਹੀ ਬੜੇ ਨੇ ਇੱਥੇ ਕਹੀਦਾ ਤੇਰਾ ਭਰਾ ਸੁਲਾ ਕਰ ਲਓ ਨਹੀਂ ਕਰਦੇ ਉਹ ਤਖਤ ਤੇ ਬੈਠਾ ਹੈ ਨਾ
ਗਾਹਾਂ ਪੜੇ ਤੇ ਕਲੇਜੇ ਨੂੰ ਰੁਕ ਪੈ ਗਿਆ। ਕਹਿੰਦੇ ਮੈਨੂੰ ਲੈ ਕੇ ਚੱਲੋ, ਵੇਖਿਆ ਤੇ ਸ਼ੱਕ ਯਕੀਨ ਵਿੱਚ ਬਦਲ ਗਿਆ। ਕਹਿੰਦੇ ਨੇ ਤੁਸੀਂ ਕੌਣ ਜੇ? ਕਹਿੰਦੇ ਅਸੀਂ ਯਕੂਬ ਪੈਗੰਬਰ ਦੀ ਔਲਾਦ ਆ। ਤੇ ਕਹਿੰਦੇ ਨੇ ਜਨਾਬ ਤੁਸੀਂ ਕਿੰਨੇ ਭਰਾ ਜੇ? ਕਹਿੰਦੇ ਅਸੀਂ 12 ਭਰਾ। ਕਹਿੰਦੇ 10 ਕੋ ਆਏ ਜੇ? ਕਹਿੰਦੇ ਬਾਬੇ ਕੋਲੇ ਉਹਨੂੰ ਬਿਨਿਆਮੀਨ ਕਹਿੰਦੇ ਨੇ, ਇੱਕ ਦਾ ਨਾਂ ਯੂਸਫ ਏ, ਉਹਨੂੰ ਬਗਿਆੜ ਖਾ ਗਏ ਨੇ। ਤੇ ਜਨਾਬੇ ਯੂਸਫ ਦੀ ਬਰਦਾਸ਼ਤ ਕਿਤਨੀ ਬੜੀ ਏ, ਮਿਸਰ ਦੇ ਤਖ਼ਤ ਤੇ ਬਹਿ ਕੇ ਵੀ ਭਰਾਵਾਂ ਦਾ ਹਯਾ ਕਰ ਰਿਹਾ ਏ। ਮਿਸਰ ਦੇ ਤਖ਼ਤ ਤੇ ਬਹਿ ਕੇ ਹਕੂਮਤ ਯੂਸਫ ਅਲੈਹਿ ਸਲਾਮ ਦੀ ਏ, ਹੱਥ 'ਚ ਤਲਵਾਰ ਏ, ਗਰਦਨਾਂ ਅਡਵਾ ਸਕਦੇ ਨੇ, ਫਾਂਸੀਆਂ ਲਵਾ ਸਕਦੇ ਨੇ, ਸਜ਼ਾ ਦਿਲਾ ਸਕਦੇ ਨੇ, ਪਰ ਆਹ ਜੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਝੜ ਜਾਂਦੇ ਕਈ ਕੱਚੇ, ਜਿਹੜੇ ਪੱਕਣ ਲਾਲ ਮੁਹੰਮਦ ਉਹੀ ਖਾਂਦੇ ਵੱਟੇ, ਤੇ ਮਿੱਠਾ ਮੇਵਾ ਬੇਰੀ ਦੇਵੇ ਮੁੜ ਵੀ ਵੱਟੇ ਖਾਵੇ। ਵੇਖ ਬੇਰੀ ਦਾ ਸਬਰ ਮੁਹੰਮਦ ਮੁੜ ਵੀ ਫਲ ਦੇਈ ਜਾਵੇ। ਸਾਹਮਣੇ ਖੜੇ ਯੂਸਫ ਅਲੈਹਿ ਸਲਾਮ ਏ, ਤੇ ਵੀ ਰਾਇਤ ਪੂਰੀ ਗੱਲ ਦਾ ਨਿਚੋੜ ਏ, ਤੇ ਦੁਆ ਕਰਾਈਏ ਤੇਰੀ ਮੇਰੀ ਹਾਜ਼ਰੀ ਅੱਲਾ ਕਬੂਲ ਕਰੇ। ਆਂਦੇ ਨੇ ਤੁਸੀਂ ਕਨਾਨ ਚੋਂ ਆਏ, ਕਹਿੰਦੇ ਹਲ ਅਲਿਮ ਤੁਮ ਮਾ ਪਾਲ ਤੁਮ ਬੇ ਯੂਸਫ, ਉਹ ਕਾਫਲੇ ਵਾਲਿਓ ਦੱਸੋ ਯੂਸਫ ਦੇ ਬਾਰੇ ਕੀ ਜਾਣਦੇ ਜੇ? ਪੈਰਾਂ ਥੱਲਿਓ ਜ਼ਮੀਨ ਨਿਕਲ ਗਏ। ਇਹ ਕੌਣ ਏ ਜਿਹੜਾ 40 ਸਾਲਾਂ ਬਾਅਦ ਯੂਸਫ ਦੀ ਖਬਰ ਪੁੱਛਦਾ ਹੈ? ਤੇ ਅੱਲਾਹੁ ਅਕਬਰ, ਇੱਕ ਭਰਾ ਵਿੱਚੋਂ ਵੇਖ ਕੇ ਆਉਂਦਾ ਹੈ, ਇਹਦੀਆਂ ਅੱਖਾਂ ਮੇਰੇ ਬਾਬੇ ਯਕੂਬ ਵਰਗੀਆਂ ਲੱਗਦੀਆਂ ਨੇ, ਉੱਤੋਂ ਆਵਾਜ਼ ਆਈ ਲੱਗਦੀਆਂ ਨੇ ਹੈ ਹੀ ਬਾਬੇ ਵਰਗੀਆਂ ਨੇ। ਤੇ ਸਾਰੇ ਇਕੱਠੇ ਹੋ ਕੇ ਬੋਲੇ, ਆਹਦੇ ਨੇ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਮੂੰਹਾਂ ਨਾਲ। ਕਹਿੰਦੇ ਨੇ ਕਾਲੋ ਇੰਨਾ ਕਾਲਾਂਤਾ ਯੂਸਫ, ਪੁੱਛਣ ਵਾਲਿਆ ਕਿਤੇ ਤੂੰ ਤੇ ਯੂਸਫ ਨਹੀਂ? ਆਂਦੇ ਆਣਾ ਯੂਸਫ ਵਹਾਜ਼ਾ ਕੀ, ਮੈਂ ਯੂਸਫ ਆ, ਮੇਰਾ ਭਰਾ ਬਿਨਿਆਮੀਨ। ਵੀਰੋ ਦੱਸੋ ਬਾਬੇ ਦਾ ਕੀ ਹਾਲ ਏ? ਆਂਦੇ ਬਾਬੇ ਦੀ ਗੱਲ ਬਾਅਦ ਚੋ, ਪਹਿਲੋ ਸਾਨੂੰ ਦੱਸ ਸਾਡੇ ਨਾਲ ਕੀ ਕਰੇਗਾ? ਆਪਣੇ ਨਿਉਂਦਰੇ ਤੇ ਸਭ ਨੂੰ ਯਾਦ, ਆਪਣੀਆਂ ਭਾਜੀਆਂ ਤੇ ਸਭ ਨੂੰ ਯਾਦ। ਕਹਿੰਦੇ ਨੇ ਮੇਰੇ ਵੀਰੋ, ਮੇਰੇ ਕਲੇਜੇ ਨਾ ਲੱਗੋ, ਗਲੇ ਲਾ ਲਿਆ। ਕਹਿੰਦੇ ਨੇ ਮੈਂ ਤੁਹਾਡੇ ਗੁੱਕਾ ਦੇ ਬਦਲੇ ਲੈਣੇ, ਮੈਂ ਤੇ ਤੁਹਾਨੂੰ ਖੂਹ ਵਿੱਚ ਹੀ ਮਾਫ ਕਰ ਦਿੱਤਾ ਸੀ। ਤੇ ਰਹੀ ਗੱਲ ਪਿਆਰ ਦੀ, ਉਹ ਪਿਆਰ ਤੇ ਮੈਨੂੰ ਮਿਸਰ ਦੇ ਤਖ਼ਤ ਤੇ ਨਹੀਂ ਲੱਭਾ, ਜਿਹੜਾ ਭਰਾਵਾਂ ਦੇ ਗਲੇ ਲੱਗ ਕੇ ਲੱਭਾ ਵੇ, ਜਿਹੜਾ ਤੁਹਾਡੇ ਗਲੇ ਲੱਗ ਕੇ ਲੱਭਾ ਏ। ਇਹਦਾ ਮਤਲਬ ਹੈ ਦੁਨੀਆ 'ਚ ਭਰਾ ਬੜੀ ਵੱਡੀ ਦੌਲਤ ਹੁੰਦੀ ਏ। ਆਂਦੇ ਨੇ ਵੀ ਅੰਦਰ ਬੜਾ ਆਪਣਾ ਵੀਰ ਵੀਰਾਂ ਦੇ ਦਰਦੀ ਹੁੰਦੇ, ਵੀਰ ਵੀਰਾਂ ਦੀਆਂ ਬਾਵਾਂ, ਬਾਪ ਸਿਰਾਂ ਦੇ ਤਾਜ ਮੁਹੰਮਦ, ਮਾਵਾਂ ਠੰਡੀਆਂ ਛਾਵਾਂ। ਜਿਤਨੇ ਦੋਸਤ ਬਾਪ ਬੈਠੇ ਨੇ, ਅੱਲਾ ਸਭ ਦੀ ਹਾਜ਼ਰੀ ਕਬੂਲ ਫਰਮਾਏ। ਜਨਾਬੇ ਯੂਸਫ ਅਲੀ ਸਲਾਮ ਆਉਂਦੇ ਨੇ, ਉਹ ਮੇਰੇ ਵੀਰੋ, ਮੈਂ ਤੁਹਾਡੇ ਕੋਕਾਂ ਦੇ ਬਦਲੇ ਲੈਣੇ, ਮੈਂ ਤੇ ਤੁਹਾਨੂੰ ਖੂਹ ਵਿੱਚ ਹੀ ਮਾਫ ਕਰ ਦਿੱਤਾ ਜੀ। ਇਹਦਾ ਮਤਲਬ ਹੈ ਭਰਾਵਾਂ ਨੂੰ ਮਾਫ ਕੀਤੇ ਅੱਲਾ ਬਾਦਸ਼ਾਹੀਆਂ ਦੇ ਦਿੰਦਾ ਹੈ, ਭਰਾਵਾਂ ਨਾਲ ਪਿਆਰ ਪਾ ਕੇ ਅੱਲਾ ਇਸਤਾਂ ਦੇ ਦਿੰਦਾ ਹੈ, ਦਿਲ ਸਾਫ਼ ਰੱਖਿਆ ਅੱਲਾ ਸ਼ਾਨਾਂ ਦੇ ਦਿੰਦਾ ਹੈ, ਦਿਲ ਸਾਫ਼ ਰੱਖਿਆ ਕਰ। ਤੇ ਮੀਆਂ ਮੁਹੰਮਦ ਬਸ਼ਾ ਦੇ ਕੱਪੜਾ ਫਟੇ ਤਰੋਪਾ ਲੱਗਦਾ, ਦਿਲ ਫਟੇ ਤੇ ਸੁਸੀਨਾ, ਉਹ ਵੀਰਾਂ ਬਾਜ ਮੁਹੰਮਦ ਬਖਸ਼ਾ, ਕੀ ਮਰਨਾ ਕੀ ਜੀਣਾ। ਇਸ ਵਾਸਤੇ ਦੋਸਤੋ ਅੱਜ ਕੋਈ ਦੋਸਤ ਆਏ ਨਹੀਂ, ਮੈਂ ਇਹ ਪੈਗਾਮ ਦੇਣ ਵਾਸਤੇ ਆਇਆ ਸਾਂ ਕਿ ਭਰਾਵਾਂ ਦੀ ਕਦਰ ਕਰ ਲਓ, ਅਜ਼ੀਜ਼ਾਂ ਦੀ ਕਦਰ ਕਰ ਲਓ, ਖਾਨਦਾਨ ਦੀ ਕਦਰ ਕਰ ਲਓ, ਅੱਲਾ ਇਸਤਾਂ ਨਾਲ ਨਵਾਜ਼ ਦੇ ਦਓ। ਤੇ ਜਿੱਧਰ ਭਰਾ ਤੇ ਬਾਪ ਤੁਰ ਜੇ, ਸ਼ਰੀਕੇ ਨੇ ਕਿਸੇ ਨੀ ਲਾ ਕੇ ਲੱਗਣਾ, ਰੋਂਦੇ ਆ ਵੇ ਸ਼ਰੀਕ ਵੇ ਬੂਏ ਧੋ ਲੈਂਦੇ, ਬਿਨ ਮਾਵਾਂ ਦੇ ਕਾਵੀ ਟੁਕੜੇ ਖੋ ਲੈਂਦੇ ਆਪਣੀ।
ਦੀਆਂ ਮਾਵਾਂ ਵਾਲੇ ਥਾਂ ਕੋਈ ਲੈਂਦਾ ਨਹੀਂ ਪੁੱਤਰੇ ਮਨੋ ਤੇ ਹਰ ਕੋਈ ਪੁੱਤਰਾ ਕਹਿ ਲੈਂਦੇ ਫੱਟੇ ਪੁਰਾਣੇ ਕੱਪੜੇ ਤਨ ਤੇ ਹਟਾਉਂਦੇ ਨੇ ਭੁੱਖਿਆਂ ਰਹਿ ਕੇ ਲੋਕੋ ਪੁੱਤਰ ਜਾਂਦੇ ਨੇ ਵਧੀ ਕੱਟੀ ਜੇ ਮਿਲ ਜਾਵੇ ਤੇ ਖਾਂਦੇ ਨੇ ਬਾਦਸ਼ਾਹਾਂ ਵਾਲੇ ਲਾਡ ਆਪ ਲਡਾਉਂਦੇ ਨੇ ਠੰਡੇ ਸਾਲ ਲੋਕੋ ਖਾਣੇ ਪੈ ਜਾਂਦੇ ਜਦ ਮਾਪੇ ਕਬਰੀ ਡੇਰੇ ਲਾ ਲੈਂਦੇ ਵਾ ਆਖਰ ਦਾਵਾਨਾ ਅਲਹਮਦੁਲਿਲਾ।